अज मैं थोनू जी 600 जुंट वाली रौला पै रहा है 600 जुंट माफ किवें हुंदी है उसनू अज मैं तरीका दसूंगा जमा मीटर सामने है ना कोई सील पट्टनी है ना कोई कुंडी लाउणी है कुछ भी नहीं करना जे थोड़ा मीटर ने 600 तो वध इक भी जुंट कटती मैं 1,00,000 वाली वड्डी गेम नहीं हैगी सिर्फ दो नटां दी गेम है दो नटां दे नाल एयरफेयर करन दे नाल थोड़ा जिहड़ा मीटर है 600 जुंट तो वध ही नहीं हैगा जोर ला लिओ ते पूरी रात दे विच एसी है जिहड़ा एक जुंट कटूगा ले एह जे जगाड़ भालने 600 जुंट तो एक जुंट भी वध मीटर टप्पण नहीं दे देसी जट्टां दे जगाड़ ने अज मैं तुहानू दिखाऊंगा वीडियो चल की हाल चाल ने दोस्तों जिहड़ी अज वाली जानकारी है बहुत महत्वपूर्ण जानकारी है तेनू वीडियो नू चलदी चलदी हुणी शेयर कर दो मैं तुहानू मीटर कोले क्यों खड़के वीडियो बनाउणा क्योंकि जानकारी जिहड़ी मीटर दी है जिहड़ी 600 जुंट आपां नू पंजाब सरकार ने दित्ती है भी तुसीं महीने दे विच 300 जुंट वरत सकदे हो अपना जिहड़ा बिल आउंदा है ਉਹ 600 ਜੁੰਟ ਦਾ 2 ਮਹੀਨਿਆਂ ਬਾਅਦ ਆਉਂਦਾ ਮਤਲਬ ਕਿ ਆਪਾਂ ਨੂੰ 2 ਮਹੀਨਿਆਂ ਬਾਅਦ 600 ਜੁੰਟ ਮਾਫ ਹੈ ਜੇ ਆਪਣੀ 600 ਜੁੰਟ ਤੋਂ 1-2 ਜੁੰਟਾਂ ਉੱਪਰ ਜ਼ਿਆਦਾ ਵਧਦੀਆਂ ਨੇ ਤਾਂ ਤੁਹਾਨੂੰ ਫਿਰ ਇਹ ਲਾ ਲਓ ਵੀ 600 ਜਿਵੇਂ 2 ਜੁੰਟਾਂ ਵਧੀਆਂ ਫਿਰ 602 ਜੁੰਟਾਂ ਦਾ ਬਿੱਲ ਭਰਨਾ ਪਊਗਾ ਮਤਲਬ ਕਿ ਸਾਰਾ ਬਿੱਲ ਭਰਨਾ ਪਊ ਧਾਮ ਧਾਮ ਦੁਬਾਰੋਂ ਕਰਨਾ ਪਊਗਾ ਸੋ ਸਾਰੇ ਦੇ ਮਨ ਦੇ ਵਿੱਚ ਇਹੀ ਹੈ ਕਿ ਖਰਚੇ ਨੂੰ ਕਿਵੇਂ ਮੇਨਟੇਨ ਕਰਿਆ ਜਾਵੇ ਬਿਜਲੀ ਨੂੰ ਕਿਵੇਂ ਮੇਨਟੇਨ ਕਰਿਆ ਜਾਵੇ ਕਿਉਂਕਿ ਹਰ ਇੱਕ ਘਰ ਦੇ ਵਿੱਚ ਅੱਜ ਕੱਲ੍ਹ ਗਰਮੀ ਬਹੁਤ ਜ਼ਿਆਦਾ ਹੈ ਏਸੀ ਵੀ ਚੱਲਦੇ ਨੇ ਕੂਲਰ ਵੀ ਚੱਲਦੇ ਨੇ ਪੱਖੇ ਵੀ ਚੱਲਦੇ ਨੇ ਤੇ ਲਾਈਟਾਂ ਵੀ ਚੱਲਦੀਆਂ ਨੇ ਤੇ ਆਪਾਂ ਨੂੰ ਇਹ ਹੈ ਵੀ ਕਿਉਂਕਿ ਤੁਹਾਨੂੰ ਪਤਾ ਗਰੀਬੀ ਦੀ ਮਾਰ ਹੈ ਬਾਈ ਆਪਾਂ ਜ਼ਿਆਦਾ ਬਿੱਲ ਨਹੀਂ ਭਰ ਸਕਦੇ ਸਰਕਾਰ ਜਿੰਨੀਆਂ ਮਰਜ਼ੀ ਠੱਗੀਆਂ ਕਰ ਲੇ ਜਿੰਨੇ ਮਰਜ਼ੀ ਤਕੜੇ ਇੰਜੀਨੀਅਰ ਲਿਆਵੇ ਪਰ ਦੇਸੀ ਜਗਾੜ ਜੱਟਾਂ ਪਿੰਡਾਂ ਵਾਲੇ ਜਿਹੜੇ ਜਗਾੜੂ ਜੱਟ ਹੁੰਦੇ ਨੇ ਕੋਈ ਨਾ ਕੋਈ ਜਗਾੜ ਕੱਢ ਲੈਂਦੇ ਨੇ ਆਪਾਂ ਵੀ ਇੱਕ ਜਗਾੜ ਕੱਢਿਆ ਮੀਟਰ ਦਾ ਮੈਂ ਤੁਹਾਨੂੰ ਸਾਰਾ ਦਿਖਾਉਂਗਾ ਵੀ ਕਿਵੇਂ ਕਿਵੇਂ ਜਗਾੜ ਲਾਉਣਾ ਤੁਹਾਡੀ 600 ਤੋਂ ਉੱਪਰ ਇੱਕ ਵੀ ਜੁੰਟ ਨਹੀਂ ਜਾਣੀ ਜੇ ਕਿਸੇ ਦੀ 600 ਤੋਂ 1 ਜੁੰਟ ਉੱਪਰ ਵਗੀ ਉਹਨੂੰ 1,00,000 ਰੁਪਇਆ ਇਨਾਮ ਦੇਊਂਗਾ ਬਈ ਮੈਂ 1,00,000 ਹੁਣ ਮੈਂ ਕੱਲ ਏਸੀ ਲੈ ਕੇ ਆਇਆ ਇੱਕ ਕੈਰੀਅਰ ਦਾ ਮੈਂ ਦਿਖਾਊਂਗਾ ਬਾਈ ਨੂੰ ਦਿਖਾਇਓ ਮਾੜਾ ਜਿਹਾ ਕੈਰੀਅਰ ਦਾ ਅਸੀਂ ਏਸੀ ਕੱਲੇ ਲਾਇਆ ਤੇ ਮੇਰੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਡਰਤੀ ਵੀ ਸਾਲਾ ਏਸੀ ਤਾਂ ਲਵਾ ਲਿਆ ਵੀ ਇਹਦਾ ਬਿਲੇ ਘੱਟੋ ਘੱਟ ਇਹਦਾ 700-800 ਜੁੰਟ ਇਹੀ ਪੂਰੀ ਕਰ ਦਿਆ ਕਰੂਗਾ ਬਿੱਲ ਦੁਬਾਰਾ ਕੱਢ ਦੂਗਾ ਤੇ ਫਿਰ ਮੈਨੂੰ ਮੇਰੇ ਮਿੱਤਰ ਆਇਆ ਮੇਰੇ ਮਿੱਤਰ ਨੇ ਗੱਲ ਦੱਸੀ ਕਹਿੰਦਾ ਵੀ ਇਹਦਾ ਵੀ ਜਗਾੜ ਆਪਾਂ ਲੱਭ ਲਿਆ ਉਹਨੇ ਮੇਰਾ ਜਗਾੜ ਰਾਤ ਕਰਕੇ ਵੀ ਗਿਆ ਸੀ ਇਹ ਸੇ ਮੈਨੂੰ ਬਹੁਤ ਨਜ਼ਾਰਾ ਆਇਆ ਕਿਉਂਕਿ ਇਹ ਜੁੰਟਾਂ ਅਸੀਂ ਪਹਿਲੀ ਰਾਤ ਜਿੱਦੇ ਚਲਾਇਆ ਇਹਨੇ ਘੱਟੋ ਘੱਟ 5-6 ਜੁੰਟਾਂ ਖਾਧੀਆਂ ਨੇ 5-6 ਜੁੰਟਾਂ ਆਮ ਏਸੀ ਖਾ ਜਾਂਦਾ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ ਵੀ 2 ਜੁੰਟ ਤਾਂ ਨਹੀਂ ਉਹ ਖਾਂਦਾ ਪਰ ਜਗਾੜ ਲਾਉਣ ਤੋਂ ਬਾਅਦ ਉਹ ਬਾਈ ਦੇ ਏਸੀ ਨੇ 1 ਜੁੰਟ ਖਾਧੀ ਕਿੱਥੇ 6 ਜੁੰਟਾਂ ਖਾਂਦਾ ਦੀ ਏਸੀ ਕਿੱਥੇ 1 ਜੁੰਟ ਖਾਧੀ ਕਿਉਂਕਿ ਘਰ 'ਚ ਪੱਖਾ ਵੀ ਚੱਲਦਾ ਕੂਲਰ ਵੀ ਚੱਲਦਾ ਬਹੁਤ ਕੁਛ ਚੱਲਦਾ ਹੁਣ ਆਈਏ ਆਪਾਂ ਮੁੱਦੇ ਵਾਲੀ ਗੱਲ 'ਤੇ ਕਿਉਂਕਿ ਵੀਡੀਓ ਨੂੰ ਚੱਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਕਿਉਂਕਿ ਇਹ ਜਿਹੜੀ ਜਾਣਕਾਰੀ ਹੈ ਸਾਰੇ ਲੋਕਾਂ ਤੱਕ ਪਹੁੰਚ ਜੇ ਵੀ ਜਿਹੜੇ ਲੋਕ ਡਰਦੇ ਨੇ ਵੀ ਸਾਨੂੰ ਵੱਧ ਬਿੱਲ ਭਰਨਾ ਪਊ ਵੱਧ ਬਿੱਲ ਭਰਨ ਨੂੰ ਡਰਨ ਦੀ ਬਿਲਕੁਲ ਲੋੜ ਨਹੀਂ ਵੱਧ ਬਿੱਲ ਭਰਨ ਦੀ ਵੀ ਤੁਹਾਨੂੰ ਵੱਧ ਬਿੱਲ ਭਰਨਾ ਪਊਗਾ 600 ਜੁੰਟ ਤੱਕ ਤੁਸੀਂ ਆਰਾਮ ਨਾਲ ਕੋਈ ਜਗਾੜ ਲਾਏ ਮੀਟਰ ਤੋਂ ਕੋਈ ਕੁੰਡੀ ਲਾਏ ਮੀਟਰ ਤੋਂ ਕਿਉਂਕਿ ਨਾ ਤਾਂ ਕੁੰਡੀ ਲਾਉਣ ਦੀ ਲੋੜ ਹੈ ਨਾ ਕੋਈ ਜਗਾੜ ਲਾਉਣ ਦੀ ਲੋੜ ਹੈ ਮੀਟਰ ਨੂੰ 600 ਜੁੰਟ ਤੱਕ ਤੁਸੀਂ ਬੜੇ ਨਜ਼ਾਰੇ ਨਾਲ ਭਰ ਸਕਦੇ ਹੋ ਪਰ ਜਦੋਂ ਤੁਹਾਨੂੰ ਲੱਗੂਗਾ ਵੀ 600 ਜੁੰਟ ਤੋਂ ਉੱਪਰ ਜਾ ਰਹੀ ਹੈ ਮਤਲਬ ਕਿ ਤੁਸੀਂ ਇਹ ਲਾ ਲਓ ਵੀ ਤੁਸੀਂ 15-20 ਦਿਨਾਂ ਦੇ ਵਿੱਚ ਹੀ ਤੁਸੀਂ 600 ਜੁੰਟ ਪੂਰੀ ਕਰਤੀ ਫਿਰ ਉਹਨੂੰ ਕੰਟਰੋਲ ਕਿਵੇਂ ਕਰਨਾ ਰੋਕਣਾ ਕਿਵੇਂ ਉਹਨੂੰ ਕੋਈ ਕੁੰਡੀ ਲਾਉਣ ਦੀ ਲੋੜ ਨਹੀਂ ਕੋਈ ਚੋਰੀ ਕਰਨ ਦੀ ਲੋੜ ਨਹੀਂ ਕੁਛ ਨਹੀਂ ਕਰਨ ਦੀ ਲੋੜ ਕਿਉਂਕਿ ਕੁੰਡੀ ਲਾਵਾਂਗੇ ਚੋਰੀ ਕਰਾਂਗੇ ਤੇ ਛਾਪਾ ਪੈਸੇ ਦਾ 1,00,000-2,00,000 ਤੁਹਾਨੂੰ ਹਰਜਾਨਾ ਵੀ ਪਾ ਸਕਦੇ ਨੇ ਮੈਂ ਤੁਹਾਨੂੰ ਜਮਾਂ ਸੌਖਾ ਤਰੀਕਾ ਦੱਸਦਾ ਹੁਣ ਤੇ ਕੱਲੀ ਕੱਲੀ ਚੀਜ਼ ਡਿਟੇਲ ਨਾਲ ਸਮਝਾਉਂਗਾ ਧਿਆਨ ਦਿਓ ਕਿ ਬਿਲਕੁਲ ਸੌਖਾ ਕੰਮ ਹੈ ਫੁੱਦੂ ਮਾਰਾ ਕੰਮ ਹੈ ਜਮਾਂ ਐਵੇਂ ਡਰਾਈ ਜਾਂਦੇ ਨੇ ਵੀ 600 ਜੁੰਟ ਤੋਂ ਉੱਪਰ ਜੁੰਟ ਜਾਊਗੀ ਮੈਂ ਬਾਈ ਨੂੰ ਕਹਾਂਗਾ ਕੈਮਰਾ ਮੈਨੂੰ ਚੰਗੀ ਤਰ੍ਹਾਂ ਦਿਖਾ ਦੇ ਆਹ ਮੇਰੀ ਮੇਨ ਕੇਬਲ ਹੈ ਬਾਈ ਆਹ ਮੇਨ ਕੇਬਲ ਮੇਰੀ ਲਾਈਟਾਂ ਤੋਂ ਆਉਂਦੀ ਹੈ ਇਹ ਮੇਨ ਤਾਰਾਂ ਤੋਂ ਆਉਂਦੀ ਹੈ ਇਹਦੇ ਵਿੱਚ ਕਿਤੇ ਜੋੜ ਨਹੀਂ ਤੁਸੀਂ ਦੇਖ ਲਓ ਕਿਤੇ ਕੋਈ ਜੋੜ ਨਹੀਂ ਕਿਤੇ ਕੋਈ ਕੁੰਡੀ ਨਹੀਂ ਹੈਗੀ ਕਿਉਂਕਿ ਮੇਰੀ ਸਿੱਧੀ ਜਾ ਕੇ ਇਹ ਮੀਟਰ ਦੇ ਵਿੱਚ ਪੈਂਦੀ ਹੈ ਹੁਣ ਆ ਜਾਓ ਆਪਾਂ ਮੁੱਦੇ ਵਾਲੀ ਗੱਲ 'ਤੇ ਇਹ ਪੁਰਾਣਾ ਮੀਟਰ ਹੈ ਵੈਸੇ ਤਾਂ ਇਹ ਯੂਨਿਟਾਂ ਬਹੁਤ ਘੱਟ ਕੱਢਦਾ ਜਿਹੜੇ ਅੱਜ ਕੱਲ੍ਹ ਨਵੇਂ ਸਮਾਰਟ ਮੀਟਰ 'ਚ ਲਾਤੇ ਝਮੱਕੇ ਜਿਹੇ ਮਾਰਨ ਵਾਲੇ ਉਹ ਮੇਰੇ ਸਾਲਕਣੇ ਲਾਈਟਾਂ ਜ਼ਿਆਦਾ ਮਾਰਦੇ ਨੇ ਅਤੇ ਯੂਨਿਟਾਂ ਜ਼ਿਆਦਾ ਕੱਢਦੇ ਨੇ ਇਹ ਪੁਰਾਣਾ ਮੀਟਰ ਸੀ ਵਧੀਆ ਸੀ ਜਿਹਦੇ ਲੱਗਿਆ ਸੀ ਪਰ ਜਿਹਦੇ ਲੱਗਿਆ ਹੋਇਆ ਉਹਨੂੰ ਵੀ ਠੀਕ ਹੈ ਨਹੀਂ ਲੱਗਿਆ ਉਹਨੂੰ ਵੀ ਠੀਕ ਹੈ ਕਿਉਂਕਿ ਖਰਚਾ ਤਾਂ ਸੇਮ ਹੀ ਜਾਣਾ ਜਗਾੜ ਹੈ ਦੇਸੀ ਜਗਾੜ ਤੁਸੀਂ ਆਪ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਹੁੰਦਾ ਤਾਂ ਤੁਸੀਂ ਕਿਸੇ ਕਾਰਾਗਰ ਮਿਸਤਰੀ ਨੂੰ ਬੁਲਾ ਕੇ ਉਹਨੂੰ ਵੀ ਕਰਾ ਸਕਦੇ ਹੋ ਫੁੱਦੂ ਮਾਰਾ ਜਿਹਾ ਕੰਮ ਹੈ ਜਮਾਂ ਹੁਣ ਤਰੀਕਾ ਸਿੱਖਿਓ ਧਿਆਨ ਨਾਲ ਜਮਾਂ ਆਹ ਮੇਨ ਕੇਬਲ ਹੈ ਆਹ ਇੱਕ ਵਾਰੀ ਫੇਰ ਕਹੂੰਗਾ ਬਾਈ ਦਿਖਾ ਦੇ ਮੇਨ ਕੇਬਲ ਹੈ ਜਮਾਂ ਐਨ ਸਿੱਧੀ ਜਿਹੜੀ ਆ ਗਈ ਮੇਰੀ ਮੀਟਰ ਦੇ ਵਿੱਚ ਪੈਂਦੀ ਹੈ ਇਹ ਇੱਧਰ 2-4 ਨਟ ਨੇ 1-2-3-4 ਠੀਕ ਹੈ ਇਹ ਤਾਂ ਆ ਗਈ ਮੇਨ ਸਪਲਾਈ ਜਿਹੜੀ ਮੀਟਰ ਦੇ ਵਿੱਚ ਪੈਂਦੀ ਹੈ ਹੁਣ ਇਹ ਮੀਟਰ ਦੇ ਵਿੱਚ ਪੈ ਗਈ ਆਹ 2 ਨਟ ਨੇ ਗੇਮ ਸਾਰੀ 2 ਨਟਾਂ ਦੀ ਇੱਥੇ
कोई बड़ा बड़े एडा धाम झाम करने लई दो नटा की गेम है। नवे मीटर दे विच भी ऐ केबल पैंदी थले पुराने मीटर जी पैंदी है, कोई नहीं पुराना मीटर है जिन्हें मर्जी मीटर चला लो क्योंकि केबल जिथे पैंदे उत्थे दो नट इधर लगे हुए, दो नट इधरले पासे लगे हुंदे ने। ठीक है, कोई सोनू सुच लाउण दी लोड़ नहीं, कोई सोनू कुंडी लाउण दी लोड़ नहीं, कोई सोनू पैसा लाउण दी लोड़ नहीं, मीटर बैक कराउण दा मोटर पे सारा खत्म कर दो क्योंकि 600 यूनिट तक तां सोनू सरकार नहीं माफ करता। हुण मुद्दा इह सी वी 600 यूनिट तां आपां उपर यूनिट नहीं वधण देणी। मैनू नजारा आ गया, मैं रात का हूँ दिखा दो, दिखाई एक मिनट बाई मेरा मीटर है जरा हूँ इस टाइम ए सी चल रहा है, मीटर जमा स्लो ते है, मतलब कि हल भी ना मात्रा ही कड़ रहा, जमी ना मात्रा चो खड़े वांगू है मीटर, कोई कुंडी नहीं कुछ नहीं, सिर्फ जगाड़ किया हो। जगाड़ की है हूँ तुम मैं ए समझा तरीके जगाड़ समझो, पहले तो वीडियो चलती जल्दी शेयर कर दो सारे जने दब के क्योंकि यह मसला अमीर का भी है गरीब का भी है, हर एक बंदे का मसला है। मैं कहना भी ये जुगाड़ हर एक बंदा करे तो सरकार लड़न की लड़ ही नहीं अपन। ठीक है ना, आप इन लड़ी जाने सरकार भी सू यूनिटा वध माफ करो घट माफ करो, फिर आप जो सरकार चलती है तो फिर आप दूजे लोड़ चल के जुगाड़ ला सकते हैं। ठीक है, जुगाड़ एक नंबर का, कोई सू जे सू बिजली वाला भी आके थोड़े खंघ गया करें जब बोल गया फिटे मुँह कह दो मैं, जे सू बिजली वाला कोई चैलेंज भी कर गया कि भाई तेने जुगाड़ क्यों लाया है क्योंकि थोड़ा अधिकार है जुगाड़ लाना, है पता भी लगता भी जुगाड़ किमें किमें नहीं। बस दो नटा के खिजने के उस मैं तरीका समझा दो नट कि जेडे आ दो नट ने इन टैसट पेन ले लो, आ नीचे वाली नट खोल लो, एक नट आ खोल लो काली काली तार वाला एक लाल तार वाला दो नट खोल के इनू तो इनू जो साढ़े 580-90 यूनिटा हो गई ये दो नट खोलो, एक खुल जू तार खुल के इन सू थले सुट दो नाल दी नाल, ते ना तो हम मीटर के सप्लाई जाऊगी ना भाई थोड़े फिर लाइट जाऊगी अंदर 590 यूनिटों से बद यूनिट नहीं फुकनी, तो बुढ़िया लैके दे दो पक्या चलन वास्ते।